ਜੋ ਸਾਹਿਬ ਨੂੰ ਇਸ ਵੱਡੀ ਕੱਪ ਦਾ ਪਹਿਲਾ ਨਾਮ 7 ਲੱਖ ਰੁਪਏ ਸਪਾਂਸਰ ਕੀਤਾ ਗਿਆ ਹਰਜਿੰਦਰ ਧਨਵਾ ਸੀ ਪਰਸਰਾਮਪੁਰਾ ਕਬੱਡੀ ਬੰਸ ਗੇਨ ਬਣਾਉਣ ਵਾਲਾ ਇਹ ਦੱਸਾ ਪਰਸਰਾਮਪੁਰੀ ਆ ਦੇਖਦੇ ਆ ਕੀ ਕਰਕੇ ਮੁੜਦਾ ਔਰ ਪਾਣੀ ਪੀ ਕੇ ਸ਼ੇਰਾਂ ਦੀ ਘਾਟ ਉੱਤੋਂ ਸੀ ਜੰਗ ਜੁਆਤਾਂ ਸਿੱਖੀਆਂ ਨੇ ਕੋਈ ਮਾਰ ਖੰਘੂਰਾ ਲੰਘ ਜਾਵੇ ਅੱਗੋਂ ਕਿਹੜਾ ਅਸੀਂ ਸ਼ਰਾਫਤਾਂ ਸਿੱਖੀਆਂ ਨੇ ਲੈ ਸਰਜੀਤ ਸਿਆਤ ਕਿਹੜਾ ਮੁੰਡਾ ਕਬੱਡੀ ਪਾਉਂਦਾ ਤੇ ਗੱਲ ਕਰ ਬਾਸੀ ਬਾਗੀ ਦੀ ਪਰਮਜੀਤਪੁਰੀਆ ਬਾਗੀ ਕਬੱਡੀ ਪਾ ਰਿਹਾ ਤੇ ਚਾਰ ਵੇਖੋ ਸਾਹਮਣੇ ਮੈਦਾਨ ਦੇ ਵਿੱਚ ਪੂਰੀ ਤਿਆਰੀ ਦੇ ਵਿੱਚ ਨੌਜਵਾਨ ਸ਼ਕਤੀਮਾਨ ਸੰਘਾਰ ਦੀ ਧਰਤੀ ਦਾ ਨਾਲ ਕਹਿੰਦੇ ਵੀ ਤੀਰਥ ਹੀਰਾ ਮਾਲਾ ਲੈ ਵੀ ਭਲਵਾਨਾ 1.5 ਲੱਖ ਦਿੱਤਾ ਜਾਣਾ ਲਓ ਸ਼ਕਤੀਮਾਨ ਸੰਘਾਰ ਨਗਰ ਦਾ ਵੇਖੋ ਕਬੱਡੀ ਕੋਚ ਕੇ ਐਸ ਸੰਨੀ ਨੇ ਉਹਨਾਂ ਦੀ ਟੀਮ ਲਈ ਸ਼ਹੀਦ ਭਗਤ ਸਿੰਘ ਕਬੱਡੀ ਅਕੈਡਮੀ ਸਮਰਾਲੇ ਦੇ ਲਈ ਜੱਫੇ ਲਾਉਣ ਵਾਲਾ ਨੌਜਵਾਨ ਨਹੀਂ ਰੁਕ ਸਕਿਆ ਇਸ ਨੌਜਵਾਨ ਨੂੰ ਇਹ ਪੁਆਇੰਟ ਵੀ ਧਾਵੀ ਦੇ ਜੁੜਿਆ ਸਰਦਾਰ ਸੁਰਜੀਤ ਸਿੰਘ ਜੀ ਧੰਦੂ ਕਹਿੰਦੇ ਵੀ ਅਜੀਤ ਨਗਰ ਪਟਿਆਲੇ ਵਾਲੇ ਉਹਨਾਂ ਵੱਲੋਂ ਕਹਿੰਦੇ ਵੀ ਅੱਜ 4 ਲੱਖ ਰੁਪਇਆ ਤਰਤਾਸਪੁਰੀ ਆ ਜਾਂ ਤੁਰਿਆ ਪਾਲੇ ਤੋਂ ਮਾਰ ਕੇ ਥਾਪੀ ਦੇਖਦੇ ਜਾਪੀ ਮੁੰਡਾ ਆਤਸ਼ਬਾਜ਼ੀ ਆ ਕੁਤਰਮੀ ਦਾਤੀ ਹੱਥ ਲਾ ਗਿਆ ਗਵਲੇ ਨੂੰ ਪੈ ਗਿਆ ਰੋਲਾ ਬਾ ਫਰੀਨੇ ਕਦੇ ਹੱਥ ਨਾਲ ਦੇ ਹੋਏ ਸਹੇ ਦਾ ਲੱਕ ਮਿਰਗ ਦੇ ਲੱਤ ਕਬੂਤਰ ਜੀ ਨੇ ਕਿਆ ਬਾਤ ਹੈ ਨਹੀਂ ਲੀਸਾ ਪੁੱਤਰਾ ਤੇਰੀਆਂ ਜੁਗ ਜੁਗ ਜੀ ਉਧਰ 16,000 ਦੀਆਂ 3 ਕਬੱਡੀਆਂ ਕਹਿੰਦੇ ਪਹਿਲੇ ਪੂਰੀਆਂ ਹੋ ਚੁੱਕੀਆਂ ਸੋਢੀ ਸਾਹਿਬ ਨੋਟ ਕਰ ਲਿਓ ਸੋਢੀ ਸਾਹਿਬ ਆਰ ਵੀਰ ਅੱਜ ਕਹਿੰਦੇ ਵੀ ਸੱਤੇ ਤੇ ਧੰਦੇ ਉਹਨਾਂ ਦੇ ਬਾਪੂ ਜੀ ਸਰਦਾਰ ਪ੍ਰੇਮ ਸਿੰਘ ਬੁੱਝੇ ਹੋਏ ਆ ਪੰਜਾਬੀ ਲਾਈਵ ਟੀਵੀ .com ਆ 24 ਅਵਰਸ ਕਬੱਡੀ 365 ਨਾਲ ਕਹਿੰਦੇ ਸਿੱਖ ਚੈਨਲ ਤੇ ਅੱਜ ਪੂਰੀ ਦੁਨੀਆ ਜੁੜੀ ਹੋਈ ਆ ਢਿੰਦਾ ਮਠੱਡਿਆਂ ਵਾਲਾ ਇੰਗਲੈਂਡ ਦੇ ਵਿੱਚ ਬੈਠਾ ਲਗਾਤਾਰ ਜਿਹੜਾ ਨਾ ਮੈਚਾਂ ਤੇ ਅੱਖ ਰੱਖ ਰਿਹਾ ਪਧਾਰ ਸਰਦਾਰ ਸਿੰਘ ਜੀ ਗੋਲਡੀ ਸਾਹਨਿਆਰ ਵਾਲੇ ਉਹਨਾਂ ਦਾ ਧੰਨਵਾਦ ਹੈ ਗੱਲ ਕਰਨਗੇ ਡਾਕਟਰ ਬੜੀ ਜੀ ਕੁੱਖ ਤੇ ਰੁੱਖ ਦੀ ਸੰਭਾਲ ਕਰ ਲਓ ਪੰਜਾਬੀਓ ਔਰ ਗੁਰੂਆਂ ਨੇ ਵੀ ਕਿਹਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਔਰ ਧਰਤੀ ਨੂੰ ਕੋਈ ਦਵਾਈਆਂ ਪਾ ਕੇ ਹੋਰ ਨਾ ਨਸ਼ਟ ਕਰੋ ਉਹ ਪਾਣੀ ਨਾ ਗੰਦਲੇ ਕਰੋ ਤੇ ਹਵਾ ਨਾ ਪ੍ਰਦੂਸ਼ਣ ਦੇ ਲਈ ਤੁਸੀਂ ਮੇਰੇ ਮਿੱਤਰੋ ਹਵਾ ਨੂੰ ਵੀ ਪ੍ਰਦੂਸ਼ਣ ਤੋਂ ਬਚਾਓ ਜੂੜੇ ਤੇ ਊੜੇ ਦੀ ਵੀ ਰਾਖੀ ਕਰੋ ਕਿਸੇ ਧੀ ਨੂੰ ਕੁੱਖ ਦੇ ਵਿੱਚ ਨਾ ਮਾਰਨ ਦਾ ਯਤਨ ਕਰੋ ਕਿਸੇ ਨੇ ਕੁੱਖ ਚੋਂ ਆਵਾਜ਼ ਦਿੱਤੀ ਸੀ ਕਿ ਦਾਦੀ ਮੇਰੀ ਮਾਂ ਮੇਰੀ ਨਾਲ ਕੱਲ ਪਰਸੋਂ ਦੀ ਲੜਨ ਲੱਗੀ ਨੀ ਤੂੰ ਪਹਿਲਾ ਪੱਥਰ ਦੂਜਾ ਪੱਥਰ ਜੰਮ ਜੰਮ ਪੱਥਰ ਧਰਨ ਲੱਗੀ ਫੇਰ ਤੋਂ ਮੈਂ ਇੱਕ ਬਿਉਂਤ ਬਣਾਈ ਨੀ ਮੈਂ ਸੁਣ ਸੁਣ ਗੱਲਾਂ ਡਰਨ ਲੱਗੀ ਸ਼ੇਰਪੁਰੀ ਮੈਂ ਜੱਗ ਦੀ ਜਾਣੀ ਜਨਮ ਤੋਂ ਪਹਿਲਾਂ ਹੀ ਮਰਨ ਲੱਗੀ ਕੋਈ ਹੱਥਕੜਾ ਕਰਕੇ ਜਵਾਬ ਦਿਓ ਜਿਹਦੇ ਵਿੱਚ ਲਿਖਿਆ ਕਿਤਾਬ ਦਿਓ ਲਾਲਚ ਹੈ ਲੋਭੀ ਲੋਕਾਂ ਨੂੰ ਕੋਈ ਪੁੰਨ ਪਾਪ ਦੀ ਕਦਰ ਕਰੋ ਉਹ ਧੀਆਂ ਨਾ ਜੰਮਦੀਆਂ ਮਾਰਿਓ ਪੁੱਤਰਾਂ ਵਾਲਿਓ ਤਰਸ ਕਰੋ ਆ ਗਿਆ ਗੱਭਰੂ ਫੇਰ ਰੇਡ ਦੇ ਉੱਤੇ ਜੱਸਾ ਪਰਸਰਾਮਪੁਰੀ ਆ ਦੇਖਦੇ ਆ ਇਹ ਕਿਹਨੂੰ ਟੱਚ ਮਾਰਦਾ ਉਹ ਪੱਛਾ ਦੁੱਧ ਮੱਖਣਾ ਨਾ ਪਲੀ ਜਵਾਨੀ ਖਾਂਦੀ ਫਿਰਦੀ ਦੇ ਰਹਿ ਗੇੜੇ ਪੈ ਗਿਆ ਪੋਚਾ ਸਿੰਦਰ ਕੜਾ ਦੇ ਨਾਲ ਸੁਰਿੰਦਰ ਕੜਾ ਕੌਮਨ ਲੱਗਦਾ ਇਹ ਕੌਮਨ ਹੋ ਗਿਆ ਪੁਆਇੰਟ ਪਹਿਲਾਂ ਕਿਹਾ ਸੀ ਕਿ ਜੇ ਰੇਡਰ ਜਾਂ ਜਾਫੀ ਬੈਸਟ ਲਈ ਕੋਈ ਗੱਲ ਕਰਨੀ ਆ ਤਾਂ ਅੱਧਾ ਅੱਧਾ ਪੁਆਇੰਟ ਮਿਲੇਗਾ ਦੋਨਾਂ ਨੂੰ ਜਦੋਂ ਕੌਮਨ ਹੋ ਜਾਂਦਾ ਪਰਸਰਾਮ ਦੀਆਂ ਜੱਸੇ ਦੀਆਂ 3 ਕਬੱਡੀਆਂ ਤੇ 1000 ਰੁਪਇਆ ਜਿੱਥੇ ਸ਼ੀਰਾ ਸ਼ਮੀ ਬਰੀਆ ਨਾਲ ਕੁਦੋ ਨੀ ਕੁਲਵੀਰ ਲਾਲਾ ਸਾਡਾ ਵੀਰ ਜੋ ਨਾਲ ਜੈਨੇ ਉਹਨਾਂ ਵੱਲੋਂ ਪਰਸਰਾਮ ਬਰੀਆ ਜੱਸੇ ਦੀਆਂ 3 ਕਬੱਡੀਆਂ ਤੇ 1000 ਦਿੱਤਾ ਜਾਣਾ ਹੈ ਹੈਲੋ ਨਾ ਬਲਵਾਨ ਬਾਲਾ ਕਬੱਡੀ ਪਾ ਰਿਹਾ ਮੈਂ ਦਰਸ਼ਕਾਂ ਨੂੰ ਬੜੇ ਹੱਥ ਬੰਨ੍ਹ ਕੇ ਬੇਨਤੀ ਕਰਨੀ ਹੈ ਕਿ ਥੋੜਾ ਸਮਾਂ ਰਹਿ ਗਿਆ ਕਿਰਪਾ ਕਰਕੇ ਇੱਦਾਂ ਹੀ ਬੈਠ ਜਾਓ ਇੱਦਾਂ ਹੀ ਬੈਠ ਜਾਓ ਸਾਰਾ ਮਾਹੌਲ ਨਾ ਖਰਾਬ ਹੋਵੇ ਤੁਹਾਡਾ ਨੌਜਵਾਨਾ ਵੇਖੋ ਇੱਕ ਪਾਸੇ ਗੁਰਵਿੰਦਰ ਪਹਿਲਵਾਨ ਔਰ ਦੂਜੇ ਪਾਸੇ ਬਲਵਾਨ ਬਾਨਾ 7 ਲੱਖ 4 ਲੱਖ ਤੇ 3 ਲੱਖ ਰੁਪਇਆ ਬੈਸਟ ਇਹਨਾਂ ਨੂੰ ਦਿੱਤਾ ਜਾਣਾ ਹੈ ਟੋਟਲ 14 ਲੱਖ ਦੇ ਦਰਮਿਆਨ ਅੱਜ ਵੀ ਇਸ ਚੈਂਪੀਅਨਸ਼ਿਪ ਦਾ ਫਾਈਨਲ ਮੈਚ ਜ਼ਿਲ੍ਹਾ ਜਲੰਧਰ ਤੇ ਜ਼ਿਲ੍ਹੇ ਕਪੂਰਥਲੇ ਦੀਆਂ ਟੀਮਾਂ ਦੇ ਦਰਮਿਆਨ ਖੇਡਿਆ ਜਾ ਰਿਹਾ ਹੈ ਪਰਸਰਾਮਪੁਰੀ ਜੱਸੇ ਤੇ 1000 ਰੁਪਇਆ 1000 ਰੁਪਇਆ 3 ਕਬੱਡੀਆਂ ਤੇ ਲੱਗਿਆ ਹੋਇਆ ਹੈ ਇਹ ਹੈ ਨੌਜਵਾਨ ਜੱਸਾ ਲੰਮੀ ਲਿਸਟ ਹੈ ਜਾਫੀਆਂ ਦੀ ਕਿਰਪਾਲ ਸਾਧ ਔਰ ਮੇਰੇ ਮਿੱਤਰੋ ਡਰਾਈਵਰੀ ਕਰਦਾ ਰਿਹਾ ਤੇ ਉਹ ਇਸ ਦੁਨੀਆ 'ਚ ਨਹੀਂ ਪਰ ਉਹਦੀ ਬਾਤ ਪੈਂਦੀ ਹੈ ਆ ਗਿਆ ਬਾਗੀ ਪਰਮਜੀਤਪੁਰੀਆ ਜਿਹੜਾ ਨੂੰ ਸੰਭਾਲਦਾ ਬੁੱਕਲ ਦੇ ਹਥਿਆਰ ਵਾਂਗੂ ਦੇਖਦੇ ਆ ਉਹ ਹੀਰੋ ਹੋਵੇਗਾ ਹੁਣ ਤੱਕ ਇਹ ਫੜਿਆ ਨਹੀਂ ਗਿਆ ਕਿਸੇ ਤੋਂ ਚੋਬਰ ਉਡਾਰੀਆਂ ਭਰਦਾ ਹੋ ਜਾਓ ਭਰੇ
ਬੰਦੀ ਹੋ ਜਾਏ ਕਿਤੇ ਝੋਟਿਆਂ ਦੇ ਭੇਡ ਚ ਨਾ ਆ ਜਾਓ ਕੋਈ ਵੇਖ ਲਿਓ ਨਹੀਂ ਰੀਸਾਂ ਤੇਰੀਆਂ ਸਾਧਾਂ ਦੇ ਡੇਰੇ ਮੁੰਡਾ ਗੋਲੀਆਂ ਸੀ ਖੇਡਦਾ ਬਾਜੀ ਹੋ ਗਈ ਸਿਰ ਮੁੰਡਾ ਨਾਗ ਵਾਂਗੂ ਮੇਲਦਾ ਦੱਸ ਕੇ ਗਿਆ ਨੀ ਮੈਨੂੰ ਤਾਇਆ ਗੁਰ ਮੇਲਦਾ ਇਹ ਆ ਕਬੱਡੀ ਪੰਜਾਬੀ ਪਰਮਜੀਤ ਬਰੀਏ ਤੇ ਕਹਿੰਦੇ ਵੀ ਤਿੰਨ ਕਬੱਡੀਆਂ ਤੇ 15,000 ਰੁਪਇਆ ਸੁਰਿੰਦਰ ਸਿੰਘ ਜੀ ਮਾਣਕ ਨਾਲ ਜਿੱਥੇ ਕਹਿੰਦੇ ਵੀ ਸੱਤਾ ਸਾਡਾ ਵੀਰ ਉਹ ਪਹਿਲੀਆਂ ਕਹਿੰਦੇ ਵੀ ਤਿੰਨ ਰੇਡਾਂ ਦਾ ਸਾਨੂੰ ਪਤਾ ਨਹੀਂ ਲੱਗਿਆ ਇਸ ਕਰਕੇ ਤਿੰਨ ਰੇਡਾਂ ਤੇ ਨਾਲ ਬੰਨ ਬਾਗੀ ਤੇ ਕਹਿੰਦੇ ਵੀ 15,000 ਰੁਪਇਆ ਜਿੱਥੇ ਸੱਤਾ ਔਰ ਨਾਲ ਭਿੰਦਾ ਤੇ ਨਾਲ ਸੋਢੀ ਉਨੀ ਸੁਰਿੰਦਰ ਮਾਣਕ ਨਾਲ ਕੁਲਵੀਰ ਲਾਲਾ ਲਓ ਗੱਗੀ ਖੀਆ ਵਾਲੀ ਆ ਕਬੱਡੀ ਪਾ ਰਹੇ ਆ ਕਿਆ ਬਾਤ ਹੈ ਨੌਜਵਾਨ ਨਹੀਂ ਰੀਸਾ ਮਾਰਦੇ ਸ਼ੇਰ ਪੁੱਤ ਵੀ ਆ ਬੱਲੇ 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 ਉਹ ਤਾੜੀਆਂ ਮਾਰ ਦਿਓ ਤਾੜੀਆਂ ਮਾਰ ਦਿਓ ਨੌਜਵਾਨ ਸੀਤਾ ਪਤੜਾਂ ਦੀ ਧਰਤੀ ਦਾ ਸਿਰੇ ਦਾ ਜੱਫਾ ਲਾਇਆ ਮੈਂ ਸਿਰੇ ਦਾ ਜੱਫਾ ਲਾਇਆ ਜੋਰਾ ਵਰਕ ਤੇ ਖੇਡ ਨਹੀਂ ਉਹ ਜੱਫੇ ਜੱਫਾ ਹੈ ਰਾਣੇ ਬੰਜਦਾ ਫਿੱਡੂ ਜਿਹੀ ਰੇਡ ਨਹੀਂ ਔਰ ਮੇਰੇ ਮਿੱਤਰੋ ਸੱਚੀ ਗੱਲ ਆ ਤੇ ਇਹ ਲੱਖਾਂ ਲੱਖਾਂ ਦੇ ਜੱਫਿਆਂ ਦੇ ਨਾਲ ਦੱਸੋ ਪਰਸਰਾਮ ਬਰੀਏ ਤੇ 1,000 ਰੁਪਇਆ ਲੱਗਿਆ ਹੋਇਆ ਸ਼ੀਰੇ ਤੇ ਘੋਦੇ ਉਹਨਾਂ ਵੱਲੋਂ ਉਹਨਾਂ ਵੱਲੋਂ 1,000 ਦੂਜੀ ਕਬੱਡੀ ਆ ਤੇ 1,000 ਰੁਪਇਆ ਲੱਗਿਆ ਉਸ ਨੌਜਵਾਨ ਤੇ ਬਹੁਤ ਅੱਛਾ ਬਹੁਤ ਅੱਛਾ ਲੋਏ ਲੋਏ ਭਰਲਾ ਨੀ ਕੁੜੀਏ ਜੋ ਦੁੱਧ ਭਾਂਡਾ ਭਰਨਾ ਮੁਹੰਮਦ ਕਰਮ ਉਹਨਾਂ ਵੱਲੋਂ 500 ਰੁਪਇਆ ਸੁਰਿੰਦਰ ਢੰਡਾ ਸਾਡਾ ਵੀਰ 500 ਰੁਪਇਆ ਪੱਤੜਾਂ ਵਾਲੇ ਸੀਤੇ ਦੇ ਜੱਫੇ ਤੋਂ ਖੋਲੋ ਕੇ 500 ਰੁਪਏ ਦੇ ਬਹੁਤ ਵੱਡੇ ਮਾਣ ਦਿੱਤੇ ਆ ਸੁਰਿੰਦਰ ਢੰਡੇ ਦਾ ਬਹੁਤ ਬਹੁਤ ਧੰਨਵਾਦ ਹੈ ਜਿਹਨਾਂ ਵੱਲੋਂ 500 ਰੁਪਇਆ ਪੱਤੜਾਂ ਵਾਲੇ ਸੀਤੇ ਦੇ ਜੱਫੇ ਤੋਂ ਖੋਲੋ ਕੇ ਲਓ ਵੇਖੋ ਨੌਜਵਾਨ ਤੀਰਥ ਹੇੜਾਂ ਦੀ ਧਰਤੀ ਦਾ ਬਾਏ ਗਬਰੂਆ ਲਓ ਘੋਦਾ ਕਹਿੰਦਾ 500 ਤਾੜੀਆਂ ਮਾਰ ਦਿਓ ਤਾੜੀਆਂ ਮਾਰ ਦਿਓ ਇਹ ਹੈ ਤੀਰਥ ਹੇੜਾਂ ਦਾ ਤੇ 500 ਰੁਪਇਆ ਅਮਰੀਕ ਸਿੰਘ ਜੀ ਘੋਦਾ 1,000 ਰੁਪਇਆ ਕਹਿੰਦੇ ਵੀ ਅਖਤਰ ਚੱਕ ਤੁਹਾਡੇ ਕਿਆ ਬਾਤ ਹੈ ਕਿਆ ਬਾਤ ਹੈ ਗੱਭਰੂਓ ਇਹ ਆ ਮੁਕਾਬਲਾ ਕਬੱਡੀ ਦਾ ਬੜੀ ਸਾਹਿਬ 500 ਰੁਪਇਆ ਕਹਿੰਦੇ ਵੀ ਅਖਤਰ ਚੱਕ ਤੁਹਾਡੇ ਅਤੇ 500 ਜਿੱਥੇ ਕਹਿੰਦੇ ਵੀ ਅਮਰੀਕ ਘੋਦਾ ਤੇ 500 ਰੁਪਇਆ ਸ਼ੀਰਾ ਜਿਸ ਨੌਜਵਾਨ ਨੇ ਗੱਗੀ ਨੂੰ ਜੱਫਾ ਲਾਇਆ ਹਰਜੀਤ 1,500 ਬਿੰਦਰ ਹੋਣਾ ਦਾ ਉਧਰ ਦੇਸਾ ਯੂਕੇ ਇਹਨਾਂ ਵੱਲੋਂ ਵੀ 500 ਰੁਪਇਆ ਨੋਟ ਕਰੋ ਇਹਨਾਂ ਦੀ ਬਲਵਿੰਦਰ ਸਿੰਘ ਜੀ ਦਿਲੇ ਸਾਡੇ ਬਰਮਿੰਗਮ ਵਾਲੀ ਲੈ ਵੀ ਮਿੱਤਰੋ ਆ ਗਿਆ ਪਰਮਜੀਤ ਪੁਰੀ ਆ ਬਾਗੀ ਇਹ ਕਬੱਡੀ ਦਾ ਬਾਗੀ ਆ ਦੇਖਦੇ ਆ ਜਾਫੀਆਂ ਤੋਂ ਬਾਗੀ ਹੋ ਕੇ ਕਿਵੇਂ ਭੱਜਦਾ ਲਾ ਹੱਥ ਦੇਖੀ ਜਾਂਦੀ ਆ ਗੰਗਾ ਜਾਗੀ ਪਰਮਜੀਤ ਪੁਰੀ ਦੀ ਪਹਿਲੀ ਕਬੱਡੀ ਆ ਤੇ 15,000 ਰੁਪਇਆ ਸੱਤਾ ਮਠੱਡਾ ਨਾਲ ਪਿੰਡਾਂ ਮਠੱਡਾ ਤੇ ਸੋਢੀ ਮਠੱਡਾ ਕੁਲਵੀਰ ਲਾਲਾ 15,000 ਪੰਮਿਆਂ 15,000 ਲੱਗਿਆ ਹੋਇਆ ਹੈ ਉਧਰ ਮੱਧੂ ਕਹਿੰਦੇ ਵੀ ਤਾੜੀਆਂ ਮਾਰੇ ਤੇ ਪਹਿਲਾ ਪੁਆਇੰਟ ਮਿਲਿਆ ਆਸਮੇ ਬਾਗੀ ਪਰਮਜੀਤ ਬਰੀਏ ਨੂੰ ਜਿਸ ਤੇ 15,000 ਰੁਪਇਆ ਮਠੱਡੇ ਭਰਾਵਾਂ ਦੇ ਵੱਲੋਂ ਲੱਗਿਆ ਹੋਇਆ ਬੱਲੇ ਬੱਲੇ ਔਰ ਵਿਦੇਸ਼ੀ ਭਰਾਵਾਂ ਨੇ ਇੱਥੇ ਆ ਕੇ ਕਬੱਡੀ ਤੇ ਨਵੀਂ ਰੰਗਣ ਚਾੜਤੀ ਹੈ ਚੋਪਰੋ ਦੱਸ ਤਾਂ ਵੀ ਟੂਰਨਾਮੈਂਟ ਕਿਵੇਂ ਕਰਾਈ ਦੇ ਨੇ ਬਹੁਤ ਅੱਛਾ ਆਹ ਵੇਖੋ ਚੱਪਾ ਚੱਪਾ ਚਰਖਾ ਚੱਲਦਾ ਦੇਖਦੇ ਪਰਸਰਾਮ ਬਰੀਏ ਜੱਸੇ ਤੇ ਕਹਿੰਦੇ ਵੀ ਜਿੱਥੇ ਬਲਵਿੰਦਰ ਸਾਡਾ ਵੀ ਦਲੇ ਬਰਮਿੰਗਮ ਵਾਲੇ ਨਾਲ ਕਹਿੰਦੇ ਵੀ ਬਿੰਦਰ ਬਰਮਿੰਗਮ ਨਵੇਂ ਪਿੰਡ ਵਾਲਾ ਉਹਨਾਂ ਵੱਲੋਂ ਵੀ 1,000 ਹੈ ਜੱਸੇ ਤੇ 2,000 ਹੋ ਗਿਆ ਔਰ ਨਾਲ ਕਹਿੰਦੇ ਵੀ 15,000 ਰੁਪਇਆ ਬਾਗੀ ਪਰਮਜੀਤ ਬਰੀਏ ਦੀਆਂ ਤਿੰਨ ਕਬੱਡੀਆਂ ਤੇ ਲੱਗਿਆ ਹੋਇਆ ਹੈ ਔਰ ਜਿੱਥੇ ਸੱਤਾ ਮਠੱਡਾ ਭਿੰਦਾ ਮਠੱਡਾ ਅਤੇ ਨਾਲ ਸੋਢੀ ਮਠੱਡਾ ਉਧਰ ਸੁਰਿੰਦਰ ਸਿੰਘ ਜੀ ਢੰਡੇ ਨਾਲ ਕਹਿੰਦੇ ਵੀ ਜਿੱਥੇ ਕੁਲਵੀਰ ਲਾਲੇ ਉਹਨਾਂ ਵੱਲੋਂ 15,000 ਦੇ ਵੱਡੇ ਮਾਣ ਦਿੱਤੇ ਜਾ ਰਹੇ ਆ ਹੱਥ ਕਿਹੜਾ ਪਾਉਂਦਾ ਗੱਭਰੂ ਨੂੰ ਦੇਖੀ ਜਾਂਦੀ ਹੈ ਇੱਕ ਗੀਤ ਸੀ ਲੱਕ ਮਿਲਣ ਵਾਲੀ ਕੋਈ ਮਿਣਦਾ ਲੱਕ ਕਿ ਨਹੀਂ ਨਹੀਂ ਮਿਣੂਗਾ ਬਾਅਦ ਚੋਟੀ ਦਾ ਮੈਚ ਦੋਨੇ ਟੀਮਾਂ ਦੇ ਦਰਮਿਆਨ ਤੱਕ ਨਿਬੜਿਆ ਹੋਇਆ ਹੈ ਪੰਜਾਬ ਦੀ ਕਬੱਡੀ ਪੰਜਾਬੀਆਂ ਲਈ ਜਿਸਮਾਨੀ ਕਰਤੱਬਾਂ ਦੀ ਸ਼ੈਲੀ ਸਾਹਿਬ 2,000 ਲੱਗਿਆ ਹੋਇਆ ਜੱਸਾ ਪਰਸਰਾਮ ਬਰੀਆ 2,000 ਵੇਖੋ ਲਓ ਸਿੱਖਾ ਭੰਡਾਰ ਦੋਨੇ ਦੀ ਧਰਤੀ ਦਾ ਬਾ ਤਕੜਾ ਜੱਫਾ ਲਾ ਕੇ 2,000 ਰੁਪਇਆ ਸੁਰਿੰਦਰ ਸਿੰਘ ਜੀ ਢੰਡਾ ਤੇ ਨਾਲ ਕਹਿੰਦੇ ਵੀ ਜਿੱਥੇ ਸਾਡੇ ਬਾਈ ਸ਼ੀਰੇ ਉਹਨਾਂ ਵੱਲੋਂ
ਕੁਲਵੀਰ ਲਾਲੇ ਉਹਨਾਂ ਵੱਲੋਂ, ਜਰਨੈਲ ਜਨਰਲ ਉਹਨਾਂ ਵੱਲੋਂ, ਸੁਰਿੰਦਰ ਸਿੰਘ ਜੀ ਮਾਣਕ ਉਹਨਾਂ ਦੇ ਵੱਲੋਂ ਲੱਗਿਆ ਹੋਇਆ। ਮੈਂ 15,000 ਦੀ ਦੂਜੀ ਕਬੱਡੀ ਹੈ, ਸੱਤਾ ਮਠੱਡਾ, ਭੰਡਾ ਮਠੱਡਾ, ਸੋਢੀ ਮਠੱਡਾ, ਸੁਰਿੰਦਰ ਸਿੰਘ ਜੀ ਢੰਡੇ ਉਹਨਾਂ ਵੱਲੋਂ 15,000 ਦੀ ਲਾ ਦੂਜੀ ਕਬੱਡੀ ਪੈਣ ਜਾ ਰਹੀ ਹੈ। ਅਨੰਦ ਸਾਹਿਬ ਦਾਲੀ ਦੇ ਕੱਬਿਆਂ ਨੂੰ ਢਾਉਣ ਖਾਤਰ ਸਾਡੀ ਬਣੀ ਸੀ ਖੇਡ ਪੰਜਾਬੀਆਂ ਦੀ। ਉਹ ਬੈਰੀ ਦਲਾਂ ਵਿੱਚ ਬਣਦੀ ਜਾਚ ਦੱਸਦੀ ਗੁਰਾ ਪੀਰਾ ਜਣੀਏ ਖੇਡ ਪੰਜਾਬੀਆਂ ਦੀ। ਜਦੋਂ ਵੀਰ ਪ੍ਰਵਾਸ ਕਰਨ ਲੱਗੇ ਸਭ ਦਿਲਾਂ ਵਿੱਚ ਇਸ ਨੂੰ ਨਾਲ ਲੈ ਗਏ, ਤਾਂ ਹੀ ਤਾਂ ਵਿਦੇਸ਼ ਦੀ ਧਰਤ ਉੱਤੇ ਸੀਰੇ ਘੁੱਦੇ ਫਿੱਡੂ ਹਰਜੀਤ ਦੇ ਰੇਡ ਪੈ ਗਏ। ਬਹਿ ਜਾਓ, ਮੈਚ ਸਮਾਪਤ ਹੋ ਗਿਆ। ਮੇਰੀ ਬੇਨਤੀ ਹੈ ਸਾਰੀ ਸੰਗਤ ਨੂੰ ਅੱਜ ਦੇ ਇਸ ਚੈਂਪੀਅਨਸ਼ਿਪ ਦੀ ਸਫਲਤਾ ਦੇ ਲਈ ਇੱਕ ਜੈਕਾਰਾ ਆਪਾਂ ਛੱਡ ਦਈਏ। ਬੋਲੋ ਬਹੁਤ ਬਹੁਤ ਧੰਨਵਾਦ ਆ ਸਾਰੀ ਸੰਗਤ ਦਾ। ਹੁਣੇ ਪਤਾ ਲੱਗਦਾ ਵੀ ਅੱਜ ਦੇ ਇਸ ਕਬੱਡੀ ਕੱਪ ਦਾ ਬੈਸਟ ਰੇਡਰ ਤੇ ਬੈਸਟ ਸਟੈਪਰ ਕੌਣ ਰਿਹਾ। ਔਰ ਜਿੱਥੇ ਪਹਿਲਾ 7 ਲੱਖ ਦਾ ਜਿਹੜਾ ਇਨਾਮ ਹੈ, ਬਾਤ ਹੀ ਸਰਕਾਰ ਦੇ ਸਰਦਾਰ ਸਤਨਾਮ ਸਿੰਘ ਜੀ ਸੱਤਾ ਮਟੱਡਾ ਸਵਰਨ ਤੇ ਨਾਲ ਯਸ਼ਪਾਲ ਸਿੰਘ ਜੀ ਪਾਲਾ ਬੜੇ ਪਿੰਡ ਵਾਲਾ, ਉਹਨਾਂ ਵੱਲੋਂ ਕਹਿੰਦੇ ਵੀ 7 ਲੱਖ ਰੁਪਇਆ ਦਿੱਤਾ ਜਾਣਾ ਪਹਿਲਾ ਇਨਾਮ। ਦੂਜਾ ਇਨਾਮ ਜਿਹੜਾ 4 ਲੱਖ ਰੁਪਇਆ ਸਰਦਾਰ ਸੁਰਜੀਤ ਸਿੰਘ ਜੀ ਧੰਬੋ ਅਜੀਤ ਨਗਰ ਪਟਿਆਲੇ ਵਾਲੇ, ਉਹਨਾਂ ਵੱਲੋਂ ਸੈਕਿੰਡ ਇਨਾਮ 4 ਲੱਖ ਰੁਪਇਆ। ਬੈਸਟ ਰੇਡਰ ਤੇ ਬੈਸਟ ਸਟੈਪਰ ਨੂੰ 1.5 ਲੱਖ ਰੁਪਇਆ ਦਿੱਤਾ ਜਾਣਾ। ਬਾਲ ਨੌਜਵਾਨ ਸ਼ਿੰਦਰ ਪਾਲ ਘੜਾ, ਬਹੁਤ ਅੱਛਾ, ਬੜੀ ਜਲਦ ਆਪਾਂ ਦੱਸਿਆ। ਖੁਸ਼ੀਆਂ ਖੇੜੇ ਚਾਹ ਪੰਜਾਬੀਆਂ ਦੇ ਵੱਖਰੇ ਨੇ। ਇਹ ਪੰਜਾਬੀ ਨੇ ਜਿਹੜੇ ਹਰ ਮੁਲਕ ਦੇ ਵਿੱਚ ਜਾ ਕੇ ਝੰਡੇ ਗੜਦੇ ਨੇ, ਭਾਵੇਂ ਬਿਜ਼ਨਸ ਹੈ, ਬੜੀ ਸਾਰੀ ਟਰਾਂਸਪੋਰਟ ਹੈ, ਭਾਵੇਂ ਖੇਡਾਂ ਨੇ। ਬੇ ਸਕੋਰਰ ਵੀਰ ਸਟੇਜ ਵੱਲ ਦੀਆਂ ਲਾਈਟਾਂ ਚਲਾ ਦਿਓ ਜਿਹੜੀਆਂ ਉੱਪਰਲੀ। ਸਕੋਰਰ ਵੀਰ ਮੇਰੇ ਤੱਕ ਰਿਜ਼ਲਟ ਪੁੱਜਦਾ ਕਰ ਦਿਓ ਸਕੋਰਰ ਵੀਰ। ਪੁਆਇੰਟ ਲਿਖਣ ਵਾਲਾ ਵੀਰ ਜਿੱਥੇ ਵਾਸ ਸੁਣਦਾ ਸ਼ਿੰਦਰ ਜਿੱਥੇ ਮੇਰੀ ਆਵਾਜ਼ ਸੁਣਦਾ ਉਹ ਮੱਖਣ ਭਾਜੀ ਕੋਲ ਆ ਜਾਣਾ।
दर्शन सिंह किहो जिहा लग्या मैच किहो जिहा लग्या मैच नहीं थैंक यू नहीं मैं नहीं मैं असल विच बच्चों नूं कहना हुंदा बोलो तुसीं जदों मौका मिलूगा कर लांगे थैंक यू सर थैंक यू स्कोरर वीर भी हाले तक साढ़े को नहीं बचिया कई बार अनाउंस कर चुके हैं क्योंकि लोग जड़े स्कोर पुछते हैं कुदे भाई उत्ते लाया सारे सज्जणा नूं सरदार इकबाल सिंह होरां नूं भी उपर लाया कुदे मलकीत सिंह उपर लाया सारे नूं आ जाओ पुलर साहब किधर गए हैलो मेरे पर मित्रों तुसी मैच देखिया असीसा देनिया ने इन्हां वतना तो दूर वसदियां नूं वतन तो दूर वसदियां नूं वाहिगुरु ने कलगी वाले पातशाह ने अपार किरपा कीती है सारे खुशी खुशी मैच होए ने आ सिखो कित्थियां तो आ जाओ रे हेलो लो जी दोस्तों जेड़े है ना बेस्ट बेस्ट रेडर हैगा आ वो बागी परमपुरी है जी परमजीतपुर बेस्ट रेडर 2016 दा आनंदपुर साहिब टूरनामेंट का बेस्ट रेडर जेड़ा आ जिन्हों 1.5 लाख रुपया तो बड़ी सोहनी ट्रॉफी बनाई है वास्ते असी ते जेड़े जाफी हैगे आ ढड़ा काला संगिया तो सुखा पंडाल दोनों ज्वाइंट है जी पेंती कपूरथला भी जलंधर हाँ जी जी जलंधर की टीम है स्टेज पर आ रही है अपना प्राइज ला रही है प्लीज कोई ना एक मिनट कोई बात पहला पहला किनू बुलाना आओ भी जलंधर वाले हो चोबरो आ जाओ देखो ये टुट जूगी ये टुट जानी है
ਜਲੰਧਰ ਵਾਲੇ ਮੁੰਡਿਓ ਬੈਠ ਜਾਓ, ਅੱਗੇ ਬੈਠ ਜਾਓ, ਮੇਰੀ ਬੇਨਤੀ ਹੈ ਤੁਹਾਨੂੰ ਅੱਗੇ ਬੈਠ ਜਾਓ। ਅੱਗੇ ਸ਼ੀਰੇ ਬਾਈ, ਸ਼ੀਰੇ ਬਾਈ ਸੁਰਿੰਦਰ ਹੁਣਾਂ ਦੇ ਕੋਲੇ ਜੇ ਆ ਜਾਓ, ਇੱਥੇ ਤੋਂ ਥੱਲੇ ਨਹੀਂ ਆ ਜਾਂਦਾ, ਉਰੇ ਜੇ ਆ ਜਾਓ। ਆ ਜੀ ਆ ਜਾਓ। ਰਾਜਵੀਰ ਸੋਹਤਾ ਜੀ ਕਿੱਥੇ ਨੇ, ਹੈਗੇ ਕੋਲ? ਠੀਕ ਹੈ, ਨਾਲ ਹੋ ਜਾਓ ਨਾ। ਕਾਕਾ ਇੱਧਰ ਨੂੰ ਬਣਾਓ, ਵਿਚਾਲੇ ਹੋ ਜਾਓ, ਅਤੇ ਸੀਰਾ ਜੀ ਦੇ ਇੱਧਰਲੇ ਪਾਸੇ ਹੋ ਜਾਓ ਕੁਛ, ਗੁਰਵਿੰਦਰ ਸੀਰਾ ਜੀ ਦੇ ਕੁਛ ਅੱਧੇ ਇੱਧਰ ਹੋ ਜਾਓ, ਅੱਧੇ ਨੂੰ ਵਿਚਾਲੇ ਲੈ ਲਓ ਟਰੋਫੀ ਲੈਣ ਦੇ ਲਈ। ਇੱਧਰ ਹੋ ਜਾਓ, ਤੁਸੀਂ ਵੀ ਇੱਧਰ ਆ ਜਾਓ, ਆ ਜਾਓ ਆ ਜਾਓ, ਉਰੇ ਆ ਜਾਓ ਆ ਜਾਓ। ਕੋਈ ਗੱਲ ਕੋਈ ਗੱਲ, ਸੱਤਾ ਜੀ ਦਾ ਡੈਡੀ ਤੇ ਜੇ ਇੱਥੇ ਨੇ ਉਹਨਾਂ ਦੇ ਨਾਲ ਨੇ ਸੋਢੀ ਜੀ, ਜੇ ਇੱਥੇ ਹੈਗੇ ਨੇ ਤਾਂ ਸਾਡੇ ਕੋਲੇ ਆ ਜਾਣ, ਬੜੀ ਮਿਹਰਬਾਨੀ ਹੋਊਗੀ। ਜਲਦੀ ਤੋਂ ਜਲਦੀ ਪ੍ਰਾਈਜ਼ ਡਿਸਟ੍ਰੀਬਿਊਸ਼ਨ ਹੋਣ ਲੱਗਿਆ, ਤੁਹਾਡੀ ਉਡੀਕ ਕੀਤੀ ਜਾ ਰਹੀ ਹੈ। ਠੀਕ ਹੈ, ਥੈਂਕ ਯੂ ਜੁਗ ਜੁਗ ਜੀਓ, ਇਹ ਦੂਜੀ ਇਹਨਾਂ ਦੀ ਜਿੱਤ ਹੈ। ਆ ਗਏ ਕਿ ਨਹੀਂ ਸੱਤਾ ਜੀ ਦੇ ਡੈਡੀ ਤੇ ਸੋਢੀ ਜੀ? ਆ ਜਾਓ ਪਲੀਜ਼। ਨੇੜੇ ਆ ਜਾਓ, ਨੇੜੇ ਆ ਜਾਓ, ਨੇੜੇ ਆ ਜਾਓ, ਥੱਲੇ ਡਿੱਗ ਪਏਗਾ ਸੁੱਖੇ, ਉਹਨਾਂ ਨੂੰ ਆ ਜਾ। ਕਿਆ ਬਾਤ ਹੈ ਯਾਰ, ਇਹ ਦੋਨਾਂ ਨੂੰ ਸਾਂਝਾ ਪ੍ਰਾਈਜ਼ ਹੈ ਨਾ, ਬੈਸਟ ਜਾਫੀ ਦਾ ਜੁਆਇੰਟ। ਅੱਛੀ ਗੱਲ ਕੀਤੀ ਹੈ ਤੁਸੀਂ ਸੁਰਿੰਦਰ ਜੀ, ਤੁਹਾਡੀਆਂ ਜਿਹੜੀਆਂ ਪਿਰਤਾਂ ਨੇ ਬਹੁਤ ਅੱਛੀਆਂ ਨੇ। ਕਪੂਰਥਲਾ ਫਸਟ ਪ੍ਰਾਈਜ਼, ਆ ਜਾਓ ਆ ਜਾਓ। ਆ ਜਾਓ, ਕਿੱਥੇ ਨੇ? ਆ ਜਾਓ ਭਾਜੀ, ਆ ਜਾਓ, ਆ ਕੋਲੇ ਆ ਗਏ, ਆ ਗਏ ਨੇ ਸਵਰਨ ਹੋਣੀ। ਕਾਕਾ ਨਾਲ ਆ ਜਾਓ, ਅਤੇ ਇੱਧਰਲੇ ਪਾਸੇ ਹੋ ਜਾਓ, ਇੱਧਰ ਦੇ ਪਾਸੇ ਵਿਚਾਲੇ ਲੈ ਲਓ ਟਰੋਫੀ ਆ ਜਿਹੜੀ, ਉੱਚੀ ਚੱਕ ਲਓ, ਅਤੇ ਇਹ ਜਿਹੜਾ ਟੈਕ ਹੈ ਇਹ ਅੱਗੇ ਰੱਖ, ਸਵਰਨ ਹੱਥ ਲਾਓ ਯਾਰ, ਟਰੋਫੀ ਨੂੰ ਹੱਥ ਲਾਓ। ਸੀਰਾ ਬਾਈ ਲਵਾ ਦਿਓ ਹੱਥ, ਚਲੋ ਜੀ ਲਓ ਇੱਧਰ, ਹਾਂ ਇੱਥੇ ਰੱਖੋ ਮੁੰਡਿਓ, ਆਓ ਟਰੋਫੀ ਨੂੰ। ਕਿਆ ਬਾਤ ਹੈ, ਥੱਲੇ ਰੱਖ ਲਓ ਚੈੱਕ, ਮੂੰਹ ਤੇ ਆਉਂਦਾ ਫਿਰ ਬਲੌਕਿੰਗ ਹੋ ਜਾਂਦੀ ਹੈ, ਚੈੱਕ ਨੂੰ ਥੱਲੇ ਰੱਖ ਲਓ। ਸ੍ਰੀ ਅਕਾਲ, ਕਪੂਰਥਲਾ ਪਿਛਲੇ ਸਾਲ ਵੀ ਜੇਤੂ ਸੀ, ਐਤਕੀ ਵੀ ਲੈ ਗਿਆ। ਠੀਕ ਹੈ, ਹੁਣ ਬੈਸਟ ਜਾਫੀ ਤੇ ਰੇਡਰ ਸਾਡੇ ਕੋਲੇ ਕਮੇਡੀ ਕਲਾਕਾਰ, ਜੇ ਜਾਇਓ ਨਾ ਤੁਹਾਨੂੰ ਸੁਣਾਵਾਂਗੇ। ਅੱਜ ਤੂੰ ਗਿਆ ਖੁਦੇ ਨਾਲ ਹੋ ਜਾ, ਕੋਈ ਨਹੀਂ ਕੋਈ ਨਹੀਂ, ਤੁਹਾਡੀ ਮਿਹਨਤ ਦਾ ਫਲ ਹੈ, ਫੁੱਲ ਫਲ ਲੱਗੇ ਨੇ ਮਿਹਨਤ ਨੂੰ, ਬਹੁਤ ਅੱਛੀ ਗੱਲ ਹੋਈ ਹੈ। ਅਵਤਾਰ ਆਨੰਦਪੁਰੀ ਉਹਨਾਂ ਦੀ ਨਾਲ ਟੀਮ ਔਰ ਸੰਗਤ ਟੀਵੀ ਸਿੱਖ ਚੈਨਲ, ਔਰ ਮੈਂ ਕਿਹਦੀ ਕਿਹਦੀ ਸਿਫਤ ਕਰਾਂ, ਸਾਰੇ ਤੁਸੀਂ ਵਧਾਈ ਦੇ ਹੱਕਦਾਰ ਹੋ ਜਿਨ੍ਹਾਂ ਨੇ ਇਸ ਚੈਂਪੀਅਨਸ਼ਿਪ ਨੂੰ ਕਵਰ ਕੀਤਾ।
ਦੋ ਮੱਖਣ ਇਕੱਠੇ ਹੋਏ ਵੇ ਨੇ ਦੇਖ ਲਓ ਦੋ ਮੱਖਣ ਇਕੱਠੇ ਹੋਏ ਨੇ ਟੀਮ ਤਾਂ ਤਕੜੀ ਆਪ ਹੀ ਹੋਣੀ ਹੈ ਇੱਕ ਮੱਖਣ ਚੜਿੱਕਾ ਇੱਕ ਮੱਖਣ ਵੀਰਾ ਇੱਧਰ ਹੈ ਬੈਸਟ ਰੇਡਰ ਬਾਗੀ ਪਰਮਜੀਤ ਪੁਰੀਆ ਇਸ ਟੂਰਨਾਮੈਂਟ ਦਾ ਹੀਰਾ ਹਰਨਾ ਇਹ ਲਟੈਣ ਵਰਗਾ ਗੱਭਰੂ ਹੈ ਹੱਸੂ ਹੱਸੂ ਕਰਦਾ ਚਿਹਰਾ ਨੇੜੇ ਹੋ ਜਾਓ ਹੈਗਾ ਇਹਦੀ ਮਾਇਆ ਕਿੰਨੀ ਕਰਤੀ ਸੀ ਸੀਰਾ ਜੀ ਡੇਢ ਲੱਖ ਰੁਪਈਆ ਮੋਢੇ ਤੇ ਰੱਖ ਲਾ ਮੋਢੇ ਤੇ ਇੱਥੇ ਨਾਲੇ ਸਾਰਾ ਮੂੰਹ ਨਹੀਂ ਲੁਕੂਗਾ ਪਿਛਲੇ ਸਤਿ ਸ੍ਰੀ ਅਕਾਲ ਹਾਂ ਹੁਣ ਵਾਰੀ ਆਊਗੀ ਜੁਆਇੰਟ ਬੈਸਟ ਜਾਫੀ ਨੇ ਕੋਈ ਕੋਈ ਬੈਸਟ ਜਾਫੀ ਜੁਆਇੰਟ ਸੌਖਾ ਪੰਡਾਲ ਤੇ ਦੂਸਰਾ ਦੂਸਰਾ ਕੌਣ ਸੀ ਦੱਸਿਓ ਮਾੜਾ ਜਿਹਾ ਸਿੰਘ ਘੜਾ ਕਾਲਾ ਸੰਘਿਆਲਾ ਔਰ ਆਓ ਚੋਬਰਾ ਦੋਨੇ ਇਕੱਠੇ ਕੋਈ ਗੱਲ ਨਹੀਂ ਦੋ ਦੂਜੀ ਟਰਾਫੀ ਦੇ ਦਿਓ ਫੋਟੋ ਕਰਾ ਲੈਣ ਦਿਓ ਫਿਰ ਐਡਜਸਟਮੈਂਟ ਕਰ ਲੈਂਦੇ ਹਾਂ ਬਹੁਤ ਅੱਛਾ ਬਹੁਤ ਅੱਛਾ ਸਾਡੇ ਕੋਲ ਕਮੇਡੀ ਕਲਾਕਾਰ ਆ ਤੁਹਾਨੂੰ ਸੁਣਾ ਕੇ ਤੋਰਾਂਗੇ ਪਿਛਲੀ ਵਾਰ ਦਾ ਬੈਸਟ ਰੇਡਰ ਤੇ ਜਾਫੀ ਕੌਣ ਸੀ ਅੱਛਾ ਸੁਰਿੰਦਰ ਘੜਾ ਸੀਗਾ ਕਿਆ ਬਾਤ ਆ ਪਿਛਲੇ ਸਾਲ ਦਾ ਵੀ ਇਹੀ ਬੈਸਟ ਜਾਫੀ ਸੀ ਹੁਣ ਤਾਂ ਵੰਡਿਆ ਗਿਆ ਨਾਮ ਤੇ ਲੇਕਿਨ ਪਿਛਲੇ ਸਾਲ ਦਾ ਮੈਨੂੰ ਪਤਾ ਮਾਣ ਹੈ ਸਾਡੇ ਕੋਲ ਤਸਵੀਰਾਂ ਵੀ ਨੇ ਇਸ ਦੀਆਂ ਤੀਜਾ ਨਾਮ ਲੁਧਿਆਣੇ ਦੀ ਟੀਮ ਤੀਸਰੇ ਨਾਮ ਲਈ ਆਊਗੀ 2 ਲੱਖ ਦਾ ਨਾਮ ਹੈ ਲੁਧਿਆਣਾ ਬੈਠ ਜਾਓ ਰਾਜੇ ਮਾਨਚੈਸਟਰ ਸ਼ਹਿਰ ਲੁਧਿਆਣਾ ਬਹੁਤ ਅੱਛੀ ਗੱਲ ਹੈ ਇੱਕ ਯਾਦਗਾਰੀ ਤਸਵੀਰ ਚੌਥਾ ਨੰਬਰ ਸੰਗਰੂਰ ਹੈ ਹਰਜਿੰਦਰ ਹਰਵਿੰਦਰ ਹਰਜਿੰਦਰ ਸੰਗਰੂਰ ਉਹਨਾਂ ਨੂੰ ਫੋਟੋ ਕਰਾ ਲੈਣ ਦਿਓ ਬੈਠ ਜਾਓ ਜਲਦੀ ਫੋਟੋ ਕਰਾ ਲੈਣ ਦਿਓ ਉਹਨਾਂ ਨੂੰ ਪਹਿਲਾਂ ਲੁਧਿਆਣੇ ਵਾਲਿਆਂ ਨੂੰ ਫਿਰ ਤੁਸੀਂ ਖੜ ਜਿਓ ਔਰ ਲੁਧਿਆਣੇ ਵਾਲਿਆਂ ਨੂੰ ਖਿਚਾ ਲੈਣ ਦਿਓ ਫੋਟੋ ਪਹਿਲਾਂ ਫਿਰ ਤਸਵੀਰ ਅੱਛੀ ਨਹੀਂ ਬਣਨੀ ਰਹੀ ਇੱਧਰ ਚਲੋ ਵੀ ਚੋਬਰੋ ਇੱਕ ਸਾਈਡ ਤੇ ਹੋਵੋ ਤੇ ਚੌਥਾ ਪ੍ਰਾਈਜ਼ ਸੰਗਰੂਰ ਜ਼ਿਲ੍ਹਾ ਧੰਨਵਾਦ ਕਿਤੋਂ ਕਰਾਉਣਾ ਕੌਣ ਕਹੂਗਾ ਤੂੰ ਕਰ ਲਈ ਪੰਜੇ ਰੈਫਰੀ ਮੇਰੀ ਬੇਨਤੀ ਹੈ ਮੱਖਣ ਚੜਿੱਕ ਜੀ ਪੰਜੇ ਰੈਫਰੀ ਨੇ ਉਹਨਾਂ ਨੂੰ ਲੈ ਆਓ ਅੱਗੇ ਜਗਤਾਰ ਧਨੌਲਾ ਚੈਨ ਚੈਨਾ ਸਾਧੂ
ਡਟਵਿੰਦੀ ਹਾਂ ਕੁਲਵਿੰਦਰ ਮੱਲੀ ਸ਼ਾਮਾ ਚਿੱਟੀ ਮੇਰੀ ਬੇਨਤੀ ਨੂੰ ਮੰਨਣਗੇ ਅੱਗੇ ਆ ਜਾਓ ਸਾਡੇ ਕੋਲ ਸਟੇਜ ਤੇ ਤੁਹਾਡਾ ਮਾਣ ਕਰਨਾ ਹੈ ਉਹ ਮੈਂ ਨਹੀਂ ਕਹਿੰਦਾ ਹੈਗਾ ਮੈਨੇ ਪਤਾ ਹੁਣ ਬਾਬੇ ਨੇ ਇਹ ਇਹਨਾਂ ਇਹਨਾਂ ਕੋਲੇ ਕਿਹੜੀਆਂ ਟਰਾਫੀਆਂ ਦਾ ਤੋੜਾ ਇਹਨਾਂ ਕੋਲੇ ਇਹਦੇ ਕੋਲੇ ਇਹ ਆਪ ਹੀ ਟਰੋਫੀ ਆ ਹੁਣ ਤਾਂ ਚੱਕ ਕੇ ਕਿਸੇ ਨੂੰ ਫੜਾਉਣੀ ਪਊ ਜਿਹੜੇ ਇਨਸਾਨ ਦੀਆਂ ਬਾਤਾਂ ਪਾਉਂਦੇ ਹੁਣ ਲੋਕ ਮਿੱਥ ਬਣ ਜਾਵੇ ਇਸ ਧਰਤੀ ਦੇ ਉੱਤੇ ਕਿੰਨੇ ਲੋਕ ਆਏ ਨੇ ਕਿੰਨੇ ਹੈਗੇ ਕਿੰਨੇ ਆਉਣਗੇ ਪਰ ਬਾਤ ਪੈਂਦੀ ਰਹੂਗੀ ਤੁਹਾਡੀ ਆਓ ਜੀ ਡਡਵਿੰਡੀ ਚਿੱਟੀ ਸ਼ਾਮਾ ਜੀ ਸੁਖਚੈਨ ਚੈਨਾ ਜੀ ਸੁਰਿੰਦਰ ਜੀ ਬੇਟਾ ਕਰੋ ਠੀਕ ਹੈ ਥੈਂਕ ਯੂ ਜਗਤਾਰ ਧਨੌਲੇ ਦੀ ਵਾਰੀ ਆ ਫਿਰ ਸ਼ਾਮਾ ਚਿੱਟੀ ਡਡਵਿੰਡੀ ਜੀ ਠੀਕ ਹੈ ਅੱਛੀ ਗੱਲ ਹੈ ਇਹ ਆ ਸਲੀਕਾ ਬਹੁਤ ਅੱਛਾ ਸੀਰਾ ਕਦੇ ਵੀ ਅੱਗੇ ਨਹੀਂ ਆਉਂਦਾ ਮਾਣ ਦਿੰਦਾ ਕਲੱਬ ਦੇ ਮੈਂਬਰਾਂ ਨੂੰ ਯਾਰ ਆਓ ਜੀ ਇੱਧਰ ਆ ਜਾਓ ਆਓ ਜੀ ਆਓ ਤੁਹਾਡੇ ਹੱਥੋਂ ਦਬਾਉਣਾ ਡਡਵਿੰਡੀ ਜੀ ਆ ਜਾਓ ਆ ਜਾਓ ਇੱਧਰ ਮੈਂ ਇੱਧਰਲੇ ਪਾਸੇ ਹੁੰਦਾ ਇੱਧਰ ਆਓ ਤੁਸੀਂ ਰਾਜਵੀਰ ਇੱਧਰ ਆਓ ਯਾਰ ਤੁਸੀਂ ਕੋਈ ਨਾ ਕੋਈ ਨਾ ਕੋਈ ਕੋਈ ਨਾ ਕੋਈ ਨਾ ਆਓ ਜੀ ਕੁਲਵਿੰਦਰ ਮੱਲੀ ਅੱਗੇ ਆ ਜਾਓ ਨਹੀਂ ਯਾਰ ਘੁੱਦੇ ਵਰਗੀ ਸਹਿਣਸ਼ੀਲਤਾ ਕਿਸੇ ਦੇ ਵਿੱਚ ਨਹੀਂ ਲੋਕਾਂ ਅੱਗੇ ਵੀ ਹੱਥ ਅੜਦਾ ਰਿਹਾ ਵੀ ਯਾਰ ਰੱਬ ਦਾ ਵਾਸਤਾ